ਉੱਪਰ ਬੈਠ ਕੇ ਕੀਰਤਨ ਸੁਣਿਆ ਕਰਦੇ ਸਨ ਫੇਰ ਕਦਮ ਗੋਡਿਆਂ ਜੰਗਾਂ ਛੁਰੀਆਂ ਹੋਈਆਂ ਅਤੇ ਪੌੜੀਆਂ 'ਚ ਬਹਿ ਕੇ ਵਿੱਚ ਸਿਮਰਨ ਕਰਿਆ ਕਰਨਾ ਕੀਰਤਨ ਸੁਣਿਆ ਕਰਨਾ ਫਿਰ ਜਦੋਂ ਹੋਰ ਜ਼ਿਆਦਾ ਵੱਧ ਗਏ ਤਾਂ ਪਿਛਲੇ ਕਈ ਸਾਲਾਂ ਤੋਂ ਥੱਲੇ ਬੈਠ ਕੇ ਵੀ ਸਿਮਰਨ ਅਤੇ ਕੀਰਤਨ ਸੁਣਿਆ ਕਰਦੇ ਸਨ ਤੋ ਆਓ ਅੱਜ ਆਪਾਂ ਵੀ ਇੱਥੇ ਸਿਰਫ ਨਾਮ ਦੀ ਗੱਲ ਕਰਨੀ ਹੈ ਅਤੇ ਨਾਮ ਨਾਲ ਹੀ ਜੁੜਨਾ ਹੈ ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਸਿਮਰਨ ਕਰਨ ਵਾਲੇ ਦਾ ਕਦੇ ਵੀ ਮਾੜਾ ਨਹੀਂ ਹੁੰਦਾ ਕਈ ਮੇਰੇ ਵੀਰ ਜਾਂ ਬੀਬੀਆਂ ਭੈਣਾਂ ਸੋਚਦੀਆਂ ਹੋਣਗੀਆਂ ਕਿ ਸਿਮਰਨ ਤੇ ਅਸੀਂ ਵੀ ਬੜਾ ਕਰਦੇ ਹਾਂ ਪਰ ਕਦੀ ਆਪਣੇ ਜੀਵਨ ਉੱਤੇ ਚਾਨਣਾ ਪਾਓ ਧਿਆਨ ਮਾਰੋ ਆਪਣੇ ਜੀਵਨ ਉੱਤੇ ਨਾ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਪਰਮਾਤਮਾ ਨੇ ਤੁਹਾਡੀ ਕਿੰਨੀ ਵਾਰੀ ਰਾਖੀ ਕੀਤੀ ਹੈ ਕਿੰਨੀ ਵਾਰੀ ਤੁਹਾਨੂੰ ਮੁਸ਼ਕਲਾਂ ਵਿੱਚੋਂ ਕੱਢਿਆ ਹੈ ਉਸਦਾ ਕਾਰਨ ਚਾਹੇ ਕੋਈ ਇਨਸਾਨ ਹੀ ਬਣ ਜਾਵੇ ਜਾਂ ਮਾਇਆ ਬਣ ਜਾਵੇ ਜਾਂ ਕੁਛ ਵੀ ਬਣ ਜਾਵੇ ਤਾਂ ਕੱਢਣ ਵਾਲਾ ਪਰਮਾਤਮਾ ਹੀ ਹੁੰਦਾ ਹੈ ਸੋ ਆਓ ਆਪਾਂ ਵੀ ਧੰਨ ਧੰਨ ਹੈ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦੀ ਭਾਸ਼ਾ ਜੀ ਉਚਾਰਨ ਕੀਤੀ ਬਾਣੀ ਵਿੱਚੋਂ ਸਾਰਜ ਮਾਲਾ ਪੰਜਵਾਂ 'ਚ ਆਇਓ ਸੁਣਨ ਪੜ੍ਹਨ ਕਹੋ ਬਾਣੀ ਕਿ ਸਾਡਾ ਜਨਮ ਕਿਸ ਲਈ ਹੋਇਆ ਹੈ ਅਸੀਂ ਕਿਉਂ ਇਸ ਧਰਤੀ 'ਤੇ ਆਏ ਹਾਂ ਕਈ ਵਾਰੀ ਕਿਸੇ ਨੂੰ ਪੁੱਛ ਰਹਿਣਾ ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ ਜਦੋਂ ਉਹਨਾਂ ਦਾ ਜਵਾਬ ਆਉਂਦਾ ਹੈ ਕਿ ਮਰਨ ਤੋਂ ਬਾਅਦ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਉਹ ਭਾਈ ਜੇ ਮਰਨ ਤੋਂ ਬਾਅਦ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤਾਂ ਫਿਰ ਮਨੁੱਖਾ ਜਨਮ ਕਿਉਂ ਲੈਣਾ ਸੀਗਾ ਮੌਤ 'ਤੇ ਜਾਨਵਰ ਨੂੰ ਵੀ ਆਉਂਦੀ ਹੈ ਪੰਛੀਆਂ ਪਸ਼ੂਆਂ ਨੂੰ ਮੱਛੀ ਨੂੰ ਵੀ ਆਉਂਦੀ ਹੈ ਪਰ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੂੰ ਨਹੀਂ ਹੁੰਦੀ ਇਹੋ ਮਨੁੱਖਾ ਜਨਮ ਮਿਲਿਆ ਕਿ ਉਸ ਅੱਖਾਂ ਨਾਲ ਅਸੀਂ ਪਰਮਾਤਮਾ ਨੂੰ ਦੇਖ ਸਕੀਏ ਉਸਦਾ ਸਰਵਣ ਸੁਣ ਸਕੀਏ ਨਾਮ ਸਿਮਰਨ ਕਰ ਸਕੀਏ ਦੇਖ ਤਾਂ ਸਾਰੇ ਰਹਿੰਦੇ ਹਨ ਹੁਣ ਮੱਛੀ ਨੂੰ ਦੇਖ ਲਓ ਨਾ ਪਾਣੀ 'ਚ ਰਹਿੰਦੀ ਹੈ ਪਰ ਫਿਰ ਵੀ ਪਾਣੀ ਦੀ ਭਾਲ ਵਿੱਚ ਹੈ ਉਦੋਂ ਉੱਧਰ ਭਾਈ ਜਾਂਦੀ ਹੈ ਪਰ ਮੱਛੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਪਾਣੀ ਦੇ ਵਿੱਚ ਹੀ ਹਾਂ ਗੁਰੂ ਮਹਾਰਾਜ ਵੀ ਕਹਿ ਗਏ ਹਨ ਇਸੇ ਕਰਕੇ ਕਿ ਪਰਮਾਤਮਾ ਸਾਡੇ ਆਲੇ ਦੁਆਲੇ ਸਾਡੇ ਅੰਦਰ ਬਾਹਰ ਕਣ ਕਣ ਵਿੱਚ ਵਿਰਾਜਮਾਨ ਹੈ ਅਤੇ ਫਿਰ ਵੀ ਜਿਹੜਾ ਪਰਮਾਤਮਾ ਦੀ ਗੱਲ ਆਉਂਦੀ ਹੈ ਨਾ ਅਸੀਂ ਉੱਪਰ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਉਹ ਭਾਈ ਕਿ ਪਰਮਾਤਮਾ ਥੱਲੇ ਨਹੀਂ ਹੈਗਾ ਸਾਡੇ ਕੋਲ ਨਹੀਂ ਹੈ ਸਾਡੇ ਅੰਗ ਸੰਗ ਨਹੀਂ ਹੈ ਸੋ ਆਓ ਆਪਾਂ ਵੀ ਸਿਮਰਨ ਕਰਨਾ ਹੈ ਅਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਆਪਣੇ ਨਾਲ ਬੈਠਿਆਂ ਜਾਣਨਾ ਹੈ ਜਿਹੜਾ ਵੀ ਕੋਈ ਤੁਹਾਡੇ ਕੋਲ ਬੈਠਾ ਹੈ ਉਹ ਪਰਮਾਤਮਾ ਦਾ ਹੀ ਰੂਪ ਹੈ ਕਈ ਮਹਾਂਪੁਰਸ਼ ਤੁਹਾਡੇ ਵਿੱਚ ਇਹੋ ਜਿਹੇ ਹੋਣਗੇ ਬੜੇ ਸਿਮਰਨ ਵਾਲੇ ਨਾਮ ਸਿਮਰਨ ਕਰਨ ਵਾਲੇ ਸੇਵਾ ਭਾਵ ਵਾਲੇ ਬੈਠੇ ਹੋਣਗੇ ਪਰ ਉਹਨਾਂ ਦੀ ਪਛਾਣ ਕੋਈ ਖਾਸ ਨਹੀਂ ਹੁੰਦੀ ਉਹ ਵੀ ਸਾਡੇ ਵਾਂਗੂ ਆਮ ਇਨਸਾਨ ਹੀ ਹਨ ਜਿਨ੍ਹਾਂ ਨੇ ਇਹਨਾਂ ਸਿਮਰਨ ਅਤੇ ਇਹਨਾਂ ਸੇਵਾ ਅਤੇ ਇਹਨਾਂ ਧਰਤੀ ਕੀਤੀ ਹੈ ਕਰਦੇ
समझिया चेत चेत मन मेरे मन समझ अच्छे कहते कि हे मेरे मन तू सुता पया है अचेत है इस वेले समझ अचेत चेत तू जाग जा चेत मन मेरे कि हे मेरे मना तू जाग। एक आदमी हुंदा सुता शरीरक तौर पर तां इत्थे गल होई आ मानसिक तौर पर आत्मिक तौर पर कि तू आत्मा तो सुता पया है ते फिर तेरा इस संसार दे विच आउणा विफल है। ਚਰਨਾਂ ਨਾਲ ਵੀ ਗਾਇਆ ਹੈ ਗੁਰੂ ਮਹਾਰਾਜ ਸਾਹਿਬ ਲਿਖਿਆ ਹੈ ਅਸੀਂ ਕਦੇ ਪੁੱਛ ਲੈਂਦੇ ਹਾਂ ਨਾ
कि मरण तो बाद इंसान कितने जाता है कितने आता है। गुरु महाराज साफ लिखते हैं अपने बचना राही, जैसे दर से उपजै बिनत नीत जग रचना तैसे रची जान ले बोरे मीत साव। कि जिवे पानी च बुलबुला पैदा हो जाता है ना बबल, हूँ तो कई इतने ये भी पता है कि बुलबुला किसू कहते हैं जब बुलबुला और बबल पानी के उपर आ जाता है ना, किसी नहीं पता है कितों आया है बुलबुला, तो कुछ ही क्षण फिर खत्म हो जाता है तो ना ही किसी पता लगता है कि किसी तुर गया फिर वापस। कहते कि परमात्मा ने यह जो जग रचना रची है उस बुलबुले वांग ही है कि इतों ही पैदा है परमात्मा के बच्चों तो इतने ही फिर वापस होने परमात्मा ने अंदर ही जाना है। हाँ यह अलग गल है कि अभी माड़े कर्म करते हाँ गुरु घर के आके भी सिमरन नहीं करते, घर से किसी ने की करना है नहीं समझ मिलता कारा विहारा के इतने आके जो सिमरन ना किया दो पल भी ना किया तो फिर की फायदा है इस जन्म का इस मनुखा जन्म मनुखा दे मिलन का भी। शरीर त्याग के सब नु जाना पैदा है चाहे वह गुरु है पीर है पैगंबर है कोई भी आया दुनिया से उसने एक दिन खत्म होना है, जो भी चीज नजर आती है वो खत्म हो जाती है। खत्म किस तरह आती है सिर्फ अपना रूप चेंज करती है पर बिल्कुल इसको खत्म नहीं होती। महाराज कहते हैं लाभ लह हर हृदय आराधो जो अंत वेला आया
ਤੇ ਧਰਮਰਾਜ ਆਪ ਉਹਨਾਂ ਨੂੰ ਲੈਣ ਲਈ ਆਏ ਤੇ ਰਸਤੇ 'ਚ ਜਦ ਜਾ ਰਹੇ ਸਨ ਨਰਕਾਂ ਸਮੇਂ ਤੇ ਨਰਕਾਂ ਦੀ ਹਾਏ ਹਾਏ ਸੁਣ ਕੇ ਉੱਥੇ ਖਲੋ ਗਏ। ਧਰਮਰਾਜ ਪੁੱਛਿਆ ਕਿ ਮਹਾਰਾਜ ਕੀ ਹੋਇਆ, ਖਲੋ ਕਿਉਂ ਗਏ ਜੇ? ਕਹਿੰਦੇ ਕਿ ਕਿਉਂ ਲੋਕ ਚਲਾ ਰਹੇ ਹਨ, ਕੀ ਝਾੜਾ ਪਾ ਰਹੇ ਹਨ, ਸਮਾਂ ਇੰਨਾ ਨਹੀਂ ਹੈ। ਕਹਿੰਦੇ ਛੋਟ ਵਿੱਚ ਅਸੀਂ ਨਾਮ ਗੱਲ ਕਰਾਂਗੇ, ਗਿਆਨੀ ਜੀ ਆਪ ਨੂੰ ਨਾਮ ਨਾਲ ਜੋੜਨਗੇ। ਕਹਿੰਦੇ ਕਿ ਇਹਨਾਂ ਦੀ ਚੀਕ ਪੁਕਾਰ ਸੁਣ ਕੇ ਮੈਂ ਅੱਗੇ ਨਹੀਂ ਜਾ ਸਕਦਾ, ਤੇ ਕੀ ਤਰੀਕਾ ਹੋਵੇ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ। ਧਰਮਰਾਜ ਜੀ ਕਹਿਣ ਲੱਗੇ, ਮਹਾਰਾਜ ਇਹਨਾਂ ਦਾ ਇੱਕੋ ਤਰੀਕਾ ਹੈ ਕਿ ਤੁਸੀਂ ਆਪਣਾ ਇੱਥੇ ਮਰਨ ਹੈ, ਦੇ ਦਿਓ ਅਤੇ ਇਹਨਾਂ ਨੂੰ ਕੱਢ ਲਓ ਨਰਕਾਂ 'ਚ। ਦੇਖੋ ਕਿੰਨੀ ਪਾਵਰ ਹੈ, ਕਿੰਨੀ ਤਾਕਤ ਹੈ ਸਿਮਰਨ ਦੇ ਵਿੱਚ। ਕਹਿੰਦੇ ਚਲੋ ਕਿੰਨਾ ਸਿਮਰਨ ਤੁਸੀਂ ਮੇਰਾ ਲਓ, ਮੇਰਾ ਲਓ ਸਿਮਰਨ। ਜਦੋਂ ਹਿਸਾਬ ਲਗਾਇਆ ਗਿਆ ਤਾਂ ਇੱਕ ਘੜੀ ਦਾ ਸਿਮਰਨ ਵੀ ਉਹਨਾਂ ਦੇ ਦੁੱਖਾਂ ਨਾਲੋਂ ਜ਼ਿਆਦਾ ਸੀਗਾ। ਕਹਿੰਦੇ ਇੱਕ ਘੜੀ ਦੇ ਸਿਮਰਨ ਨੂੰ ਦੇ ਕੇ ਕਰੋੜਾਂ ਨਰਕਾਂ ਦੇ ਵਾਸੀਆਂ ਨੂੰ ਉਹਨਾਂ ਨੇ ਪਾਰ ਉਤਾਰ ਕਰ ਦਿੱਤਾ। ਕਿੰਨੀ ਵਾਰੀ ਸਿਮਰਨ ਦਾ ਵਾਹਿਗੁਰੂ ਨਾਮ ਲੈਂਦੇ ਨੇ, ਉਸਦੇ ਕਹਿੰਦੇ ਉਦਮ ਪਰਮਾਤਮਾ ਉਦਮ ਆਪ ਦਿੰਦਾ ਹੈ। ਖਕਤ ਸਿਆਣਪ ਨਾਮ ਵਖਾਣੇ ਤੇ ਤਾਂ ਹੀ ਅਸੀਂ ਉਸ ਪਰਮਾਤਮਾ ਦਾ ਦਰਸ਼ਨ ਕਰ ਸਕਦੇ ਹਾਂ, ਉਸ ਪਰਮਾਤਮਾ ਨੂੰ ਦੇਖ ਸਕਦੇ ਹਾਂ। ਇੱਥੇ ਵਖਾਣੀ ਕਿਹਾ ਗਿਆ ਹੈ, ਦੇਖਣਾ। ਆਇਓ ਸੁਣਨ ਪੜਨੇ ਤੋ ਬਾਣੀ, ਆਇਓ ਸੁਣਨ ਪੜਨੇ
अनेक लालचा ने सू घेर लिया है। दुनिया में आ के ना जो इंसान दखा खुलते हैं तो चारे बने उस परमात्मा का किता पसारा नजर आता है। ओनू देख के फिर नाम तो बिखर जाते हैं, नाम भी छड़ देते हैं, भुल जाते हैं। नाम के साथ लगे हम लालच बिरखा जन्म प्राण करें जो जन्म बिरखा चलता है। तो सारे नाम ना ही जुड़ना हमेशा वास्ते उन्होंने सिमरन करना है परमात्मा का। तो इतने फतेहना फतेह गुलाब दास को कीर्तन करते हैं, बाणी उच्चारण करते हैं, विचार करते हैं, अनेक धारणा प्रकार दुला हो गया। तो दास में अंजान बचे जान के क्षमा करना। तो इतने फतेहना फतेह गुलाब वाहिगुरु जी का खालसा वाहिगुरु जी की फतेह। वाहिगुरु फरीदा